हेलो गाइस, सत श्री अकाल सारे नूं, स्वागत है साडे अज दे नवे व्लॉग च मिस्टर मिसेस थापड़ चैनल ते। अज मैं बहुत ज़्यादा खुश है जी। बोलो जी। अज मैं हैगी हाँ बहुत ज़्यादा खुश, ते कुड़ियां ज़्यादा खुश उदों हुंदियां ने जदों उन्हां दा घर वाला उन्हां नूं घुमाण लैके जावे ते जां पेके जावे ते जां घर वाला घुमाण लैके जावे। ओह पेके जाण वेले ते इक ऑब्वियस आ, ओह ते खुशी होणी होणी आ, पर इह वाली खुशी जिहड़ी आ बहुत ज़्यादा वधिया हैगी। इस करके आपां चले हां घुमण, पर आपां दसांगे नहीं कित्थे चले हां, ते नाल साडे चले ने इक स्वीट जिहा कपल, ਉਹ ਆਪਾਂ ਦੱਸਾਂਗੇ ਨਹੀਂ ਅਜੇ, ਆਪਾਂ ਵਲੌਗ ਚ ਲਿਆਉਣਾ ਬਿਕੋਜ਼ ਹਜੇ ਸਸਪੈਂਸ ਚ ਹੈ। ਆਪਾਂ ਪਹੁੰਚ ਚੁੱਕੇ ਹਾਂ ਜੀ ਕੱਪੜੇ ਲੈਣ ਲਈ ਹੁਣ ਜ਼ੂਡੀਓ, ਤੇ ਜ਼ੂਡੀਓ ਤੋਂ ਲਵਾਂਗੇ ਕੱਪੜੇ। ਹਾਂਜੀ, ਤੁਹਾਨੂੰ ਮੈਂ ਗੱਲ ਦੱਸਾਂ, ਇੱਕ ਕੁੜੀ ਨੇ ਸੇਮ ਮੇਰੇ ਵਰਗਾ ਕੁਰਤਾ ਤੇ ਪਲਾਜ਼ੋ ਪਾਇਆ ਸੀ, ਬਟ ਇੱਕ ਗੱਲ ਮੈਂ ਹੋਰ ਕਹਿੰਨੀ ਆ ਕਿ ਜੱਚਾ ਸਿਰਫ ਮੈਨੂੰ ਹੀ ਆ। ਤੇ ਸਪੈਸ਼ਲ ਗੈਸਟ ਸੀਗੇ ਜਿਨ੍ਹਾਂ ਨਾਲ ਆਪਾਂ ਚੱਲੇ ਆ ਟ੍ਰਿਪ ਤੇ, ਉਹ ਹੈਗੇ ਜਤਿਨ ਤਲਵਾਰ ਤੇ ਨਿਧੀ ਭਾਬੀ। ਤੇ ਹਾਂਜੀ, ਕਿੱਧਰ ਜਾ ਰਹੇ ਹੋ ਬਾਈ? सेल चल रही है रश, बाकी सही गल मुंडे घर की सेल चाहते है ना, ये तो सानू पता नहीं सेल लेंदे आपां आउंदे ही ना। ਮਾਂ ਕੱਪੜੇ ਲੈ ਲੈ ਸੇਮ ਉਹ ਮੈਂ ਤਾਂ ਹੁੰਗਾ ਹੀ ਪਸੰਦ ਆ, ਪਾ ਕੇ ਦੇਖੂੰਗਾ। ਮੈਨੂੰ ਤਾਂ ਪਸੰਦ ਆ ਬਸ, ਜੋ ਮੈਂ ਇੱਕ ਇੱਛਾ ਇਦਾਂ ਵੀ ਹੁੰਦਾ ਯਾਰ, ਇਦਾਂ ਵੀ ਬੰਦਾ ਵਲੋਗ ਯਾਰ। ਇੰਨੇ ਟਾਈਮ 'ਚ ਇੰਨੇ ਕੱਪੜੇ ਸਿਲੈਕਟ ਕਰ ਲਏ ਆ, ਤੇ ਆ ਇੱਕ ਇੱਕ ਟੋਪ ਸਿਲੈਕਟ ਕਰਕੇ ਆਏ ਦੋ ਯਾਰ। ਹਲੇ ਅਰੇ ਸੀ ਤੂੰ ਇੱਕ ਟੋਪ ਸਿਲੈਕਟ ਕੀਤਾ ਨਾ, ਉਹ ਲੈ ਲਾ ਜੇ ਲੈਣਾ ਵਾ ਇੱਧਰ। ਆਪਾਂ ਕੱਪੜੇ ਲੈ ਕੇ ਸ਼ੋਪਿੰਗ ਕਰ ਲਈ ਆ, ਤੇ ਆਪਾਂ 3 ਵਜੇ ਤੇ ਇੱਥੇ, ਤੇ ਆਪਾਂ ਕਿਹੜੇ ਵੇਲੇ ਪਹੁੰਚਾਂਗੇ ਆਪਣੇ, ਕਿੱਥੇ ਪਹੁੰਚਣਾ ਆਪਾਂ? ਨੈਣਾ ਦੇਵੀ, ਨੈਣਾ ਤਾਲ ਇਹ ਜੋ ਜਤਿਨ ਭਈਆ ਜੋ ਆਪਣੇ ਪਿੰਕ ਵਾਲਾ ਟੌਪ ਲਿਆ, ਬਹੁਤ ਬੜਿਆ ਲੱਗ ਰਿਹਾ। ਥੈਂਕ ਯੂ। ਇਹ ਮੈਂ ਅਭੀ ਪਹਿਨ ਕੇ ਨਾ ਸ਼ਮੀਆਂ ਵਾਲਾ ਡਾਂਸ ਕਰਨਾ। मैं हिंदी में सच आज तो मैंने हिंदी में व्लॉग बनाना था। तो गाइस आज आप जा रहे हैं नैना देवी मंदिर, उसे मत्था टेकेंगे। हाँ, ये लोग नहीं तो ही नैनीताल जा रहे हैं, नैना देवी जा रहे हैं। हाँ बस ठीक है, फिर थोड़ा बता मेरे तो यहाँ लग रहा है कि थोड़ी मार के मत्था पाड़ सकता ही नहीं, तिखी कर दी उन्हें। जूडियो घट लंडा बाजार ज्यादा लग रहा है, जूडियो घट तो लंडा बाजार ज्यादा लग रहा है। अज लगता कि आप सरोजनी मार्केट आए दिल्ली से, 45 डिग्री टैंपरेचर है, तो इन्होंने वीडियोज नहीं माण हो रही है जतिन। आहो 45 डिग्री टैंपरेचर से भी इन्होंने वीडियोज नहीं माण हो रही, बस की कहना चाहवागे आप की दो शब्द यही ने। चलो चलिए चलो चलिए चलो चलिए चाबी अपना डोसे वाला सफर राज पूरा होगा, डोसा साडा विच ही रह गया, पर आप डोसा मैनूं आप डोसा दे दे, आप रुकांगे शुरू करता है। ਤੇ ਆਪਾਂ ਇੱਥੇ ਵਲੌਗ ਵਲੌਗ ਹੀ ਹੋ ਰਹੇ ਆ, ਤੇ ਆਪਾਂ ਹੁਣ ਚੱਲਦੇ ਆ ਰੋਟੀ ਖਾਣ ਏਸੀ ਹੋਲ ਚ। ਬੋਲਦੀ ਆ ਜਲਦੀ ਬਤਾਓ, ਦਾਲ ਰੋਟੀ ਖਾਉਂਗਾ ਯਾਰ ਮੈਂ।
ਤਿੰਨ ਵਲੌਗਰਸ ਇੱਥੇ ਇਕੱਠੇ ਹੋ ਗਏ, ਚੌਥਾ ਵਲੌਗਰ ਜਿਹੜਾ ਕਹਿੰਦਾ ਤੁਸੀਂ ਬਣਾਓ ਮੇਰੇ ਪਹੁੰਚ ਜੀ ਚਾਵਲ ਔਰ ਰੋਟੀ। ਠੀਕ ਹੈ ਜੀ, ਹਮਾਰੀ ਆਈ ਨਹੀਂ, ਅਸੀਂ ਤਾਂ ਵੀ ਬੈਠੇ ਹਾਂ। ਲੋ ਨਾ ਅਪਲੋਡ ਨਹੀਂ ਕਰਦੇ ਲੋ, ਇਹ ਮੈਨੂੰ ਆਲੂ ਦੇ ਪਰਾਂਠੇ ਤੇ ਗੁਲਜੇ ਦੇ ਫਰਕ ਤਾਂ ਲੱਗ ਨਹੀਂ ਰਿਹਾ। ਸੇਮ ਮੈਂ ਹੀ ਕਹਿਣ ਲੱਗੀ, ਛੋਲੇ ਦੀ ਉਮੀਦ ਸੀਗੀ ਕਿਉਂਕਿ ਅੰਮ੍ਰਿਤਸਰ 'ਚ ਛੋਲੇ ਮਿਲਦੇ ਨੇ, ਪਰ ਮੈਂ ਤਾਂ ਐਸੇ ਹੀ ਬੋਲਦਾ। ਸਾਨੂੰ ਸਾਡੀ ਵਲੌਗ 'ਚ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ, ਆਪਾਂ ਕੈਮਰਾ ਨਾਲ ਵੱਲ ਕਰ ਦੇਣਾ, ਸਾਡਾ ਵਲੌਗ ਬਣ ਜਾਣਾ ਨਾਲ, ਹੈ ਨਾ ਬਈ। ਚੀਜ਼ ਐਕਚੁਅਲ ਮੱਖਣ ਲਿਆ ਦੋ। ਅਸੀਂ ਕਿਹਾ ਕੁੜੀਆਂ ਨੂੰ ਟਾਈਮ ਲੱਗਦਾ ਰੋਟੀ ਖਾਣ ਨੂੰ ਜ਼ਿਆਦਾ, ਇਹ ਭਾਜੀ ਹੋਣੀ ਸਾਰੀ ਰੋਟੀ ਤਸੱਲੀ ਨਾਲ ਖਾਣੀ ਚਾਹੀਦੀ। ਲੱਸੀ ਕਰਾਉਣ ਵਾਲਾ ਬੰਦਾ ਲੱਸੀ ਪੀ ਰਿਹਾ ਸੀ। ਚਲੋ ਬਈ, ਚੱਲੀਏ ਵੀਰ ਜੀ। ਚਲੋ ਜੀ, ਆਪਾਂ ਨਿਕਲ ਚੱਲੇ ਹਾਂ। ਕਿੰਨੀਆਂ ਗੱਡੀਆਂ ਸੀਗੀਆਂ ਹੁਣ ਦੇਖ, ਉਹਨਾਂ ਨੂੰ ਪਤਾ ਵਾ ਮੈਂ ਜਾਣਾ ਵਾ ਵਾਪਸ, ਗੱਡੀ ਲਈ ਜਗ੍ਹਾ ਚਾਹੀਦੀ ਆ, ਉਹਨਾਂ ਨੇ ਖਾਲੀ ਕਰਤੀ। ਪਤਾ ਉਹਨਾਂ ਨੂੰ ਡਰਾਈਵਰ ਮਾੜਾ ਹੋ ਰਹੀ ਇੰਨਾ ਆਪਣਾ। ਪਤਾ ਵੀ ਆ ਕਿੰਨਾ ਹੈਵੀ ਆ ਉਹ ਚੱਕਿਆ ਹੋਇਆ ਜਿਹੜਾ ਇਹਨਾਂ ਨੇ, ਪਤਾ ਨਹੀਂ ਪਾਣੀ ਉਹ 'ਚ ਕੀ ਆ, ਕੱਚੀ ਲੱਸੀ ਆ ਦੇਖ। ਅੱਛਾ ਯਾਰ, ਸ਼ਰਧਾ ਦੇਖ ਤੂੰ ਲੋਕਾਂ 'ਚ, ਮੈਂ ਕਹਿੰਦਾ ਬਹੁਤ ਘੈਂਟ ਮਤਲਬ ਪਹਿਲੀ ਨੀ ਆਏ ਆਪਾਂ ਇੱਧਰ, ਬਾਕੀ ਸਾਨੂੰ ਇਹ ਵੀ ਨਹੀਂ ਕਨਫਰਮ ਹੈਗਾ ਕਿ ਹੀ ਗੰਗਾ ਨਦੀ, ਬਾਕੀ ਇੱਥੇ ਲੋਕ ਪੂਜਾ ਵਗੈਰਾ ਕਰ ਰਹੇ ਸੀ। ਹਾਂ ਗੰਗਾ ਫਿਰ ਆ ਜਾ ਹੈ ਤਾਂ ਗੰਗਾ ਹੀ ਹੈ, ਬਾਕੀ ਫੋਨ ਟਾਈਟ ਫੜ ਕੇ ਰੱਖੀ, ਪਿੱਛੇ ਮੌਂਕੀ ਹੈਗੇ ਨੇ ਉਹ ਗੰਗਾ। ਉਹ ਤਾਂ ਸ਼ਾਹ ਟਿਸ਼ੂ ਚਾਹੀਏ, ਹਾਂ ਟਿਸ਼ੂ ਤਾਂ ਚਾਹੀਏ ਨਾ, ਲੈ ਆਓ ਲੈ ਆਓ। ਚਲੋ ਭਈਆ, ਤੇ ਗਾਇਸ ਆਪਾਂ ਪਹੁੰਚ ਚੁੱਕੇ ਆ ਜੀ, ਕਿੱਥੇ ਪਹੁੰਚ ਚੁੱਕੇ ਆ ਬਾਈ ਜੀ? ਫਾਟਕ ਤੇ ਨੈਂਸੀ ਹੁਣਾਂ ਦੇ, ਗੁਰੂ ਨਾਨਕ ਪੁਰੇ ਵਾਲੇ ਫਾਟਕ ਪਹੁੰਚ ਚੁੱਕੇ ਆ ਆਪਾਂ। ਤੁਹਾਡੇ ਹੈਗਾ ਗੁਰੂ ਨਾਨਕ ਪੁਰੇ ਫਾਟਕ ਇਹੋ ਜਿਹਾ? ਨੈਂਸੀ ਹੁਣਾਂ ਦੇ ਹੈਗਾ, ਤੇ ਉਹ ਅੰਕਲ ਸਾਹਮਣੇ ਆ ਟੋਰ ਨਾਲ ਬੀੜੀ ਪੀਣ ਡੇ, ਮੋਟਰਸਾਈਕਲ ਲਾ ਕੇ ਸਪੈਸ਼ਲ ਸੜਕ ਤੇ ਐਸ਼ ਕੇ। ਤੂੰ ਉਹਰਾ ਚੈੱਕ ਕਰ ਅੰਕਲ ਦਾ, ਬਾਕੀ ਗੱਲਾਂ ਛੱਡ। ਤੇ ਆਪਾਂ ਜੀ ਐਡਿਟ ਕਰਦੇ ਪਏ ਭਾਈ, ਇਹ ਕਿਹੜੀ ਪ੍ਰਮੋਸ਼ਨ? ਪ੍ਰਮੋਸ਼ਨ ਤੇ ਬਣਾਈ ਸੀ, ਪ੍ਰਮੋਸ਼ਨ ਨਹੀਂ ਬਣਾਈ ਸੀ, ਫਿਰ ਮੈਂ ਦੂਜੀ ਵੀਡੀਓ ਭੇਜੀ ਤਾਂ ਉਹ ਜ਼ਿਆਦਾ ਸਿਲੈਕਟ ਹੋ ਗਈ। ਮੈਂ ਸੀ ਬੋਲ ਕੁਛ ਤੋਹਫੇ ਖਾ ਰਹੀ ਹਾਂ। ਤੈਨੂੰ ਡਰ ਨਹੀਂ ਲੱਗਦਾ ਵੰਡਾ ਤੇ ਕਦਾ ਕਿ ਵਲੌਗ ਚਾਹ ਪੀਂ ਗਈ ਨਹੀਂ ਸੀ? ਪੀਣੀ ਪੈਣੀ ਆ। ਚਲੋ ਜੀ, ਸ਼ੁਕਰ ਆ ਸਾਨੂੰ ਕੋਟਾ ਬਾਟਾ ਕਰਿਆ ਰਾਹ 'ਚ ਸ਼ਿਵਾਂਸ਼ ਟੂਰਿਸਟ। ਯੇ ਲੋ ਮਸ਼ਰੂਮ ਵੀ ਇਧਰ ਮਿਲੇਗਾ ਬਈ। ਦੀਦੀ ਨਹੀਂ ਪੀਣੀ ਚਾਹੀ, ਪੀ ਲੋ ਥੋੜੀ ਸੀ। ਸੋਰੀ ਪਕੜੋ ਮੇਰੀ ਸ਼ੋਟ। ਉਹ ਇਸਕੇ ਇਲਾਵਾ ਕੁਝ ਨਹੀਂ। ਕੀ ਕਰਨਾ? ਸ਼ੋਟ ਬਣਾ ਕੇ ਦੋ। ਵਾਸ਼ਰੂਮ ਸਾਹਮਣੇ ਬਸ ਕੱਢ ਦੇ ਨਾ। ਚਾਹ ਕੇ ਸਾਥ ਕੀ ਹੈ ਬਈ? ਚਾਹ ਕੇ ਸਾਥ ਆਪ ਕੀ ਲੇਂਗੇ? ਕੀ ਕੀ ਹੈ? ਚਾਹ ਕੇ ਸਾਥ ਬਿਸਕੁਟ ਹੈ, ਨਮਕੀਨ ਹੈ, ਪਕੌੜਾ ਬਣ ਜਾਏਗਾ ਔਰ ਪਨੀਰ ਪਕੌੜਾ। ਪਕੌੜੇ ਖਾਓਗੇ ਜੀ? ਦੇਖ ਲੋ ਪਨੀਰ, ਪਨੀਰ ਤਾਂ ਦਿਖਾਉਂਦਾ ਹੀ ਨਹੀਂ ਸੱਚ। ਪਨੀਰ ਨਹੀਂ ਹੁੰਦਾ। ਆਲੂ ਪਿਆਜ਼ ਮਿਕਸ ਪਕੌੜਾ ਬਣਾ ਦੇਗੇ? ਹਾਂ ਉਹ ਬਣਾ ਦਿਓ ਭਾਈ, ਇੱਕ ਬਣਾ ਦਿਓ ਕੋਲੇ। ਨਹੀਂ ਭਾਈ ਇਹ ਬੜੇ ਅੱਧਾ ਕਿਲੋ ਕਰਾਣੇ ਆ। ਉਹ ਅੱਧਾ ਕਿਲੋ ਭਾਈ, ਅੱਧਾ ਕਿਲੋ ਦਾ ਹਿਸਾਬ ਨਹੀਂ ਹੈ ਭਾਈ। ਕਿਸ ਹਿਸਾਬ ਸੀ? ਯਹਾਂ ਪੇ ਪਲੇਟ ਕਾ ਹਿਸਾਬ। ਪਲੇਟ ਕਰ ਦਿਓ ਇੱਕ। ਹਾਂ ਇੱਕ ਪਲੇਟ ਕਾ ਹਿਸਾਬ ਹੈ ਯਾ। ਉਹ ਅੱਧਾ ਕਿਲੋ ਵਾਲਾ ਤੋ ਉਧਰ ਮਿਲਤਾ ਹੈ ਬਾਜ਼ਾਰ ਮਾਰਕੀਟ ਮੇਂ। ਦੇਨ ਦੇਨ ਭਾਈ, ਕੋਈ ਬਾਤ ਨਹੀਂ, ਕਰ ਦੇ ਭਰਾਵਾ। ਆਪਾਂ ਜਤਿਨ ਆਪਾਂ ਜਤਿਨ ਨੂੰ ਚੈਲੰਜ ਕੀਤਾ ਕਿ ਤੂੰ ਇੱਥੇ ਬਹਿ ਕੇ ਪੀਂਗ ਤੇ ਫਿਰ ਚਾਹ ਪੀਣੀ ਤੇ ਨਾਲ ਨਾਲ ਆਪਾਂ ਪਿੱਛੋਂ ਪੀਂ ਚੁੜਾਵਾਂਗੇ। ਠੀਕ ਹੈ, ਪੱਕੀ ਗੱਲ ਹੈ ਜਤਿਨ? ਨਾ ਫਿਰ ਝੁਟਾਉਂਗਾ ਪਿੱਛੋਂ, ਪੀਂ ਪੀਂ ਧੱਕਾ ਮਾਰੂੰਗਾ ਪਿੱਛੋਂ ਨਾਲ ਨਾਲ। ਯਾਰ ਸਾਰਿਆਂ ਨੂੰ ਤਿੰਨਾਂ ਨੂੰ ਚੈਲੰਜ ਹੈ, ਜਿਹੜਾ ਚਾਹ ਪੀ ਲੇ ਉਹਨੂੰ 4100 ਰੁਪਿਆ ਨਗਦ ਇਨਾਮ, ਜਿਹੜਾ ਇੱਦਾਂ ਬਹਿ ਕੇ ਚਾਹ ਪੀ ਲੂਗਾ। ਠੰਡੀ ਕਰਕੇ ਨਹੀਂ, ਗਰਮ ਗਰਮ ਬਿਲਕੁਲ ਤਪਦੀ। ਆਪਣੇ ਆਲੂ ਪਿਆਜ਼ ਦੇ ਪਕੌੜੇ ਕਿੰਨੇ?
ਕਰ ਲਈ ਯਾਰ ਪਤਾ ਨਹੀਂ ਹੁੰਦਾ ਹੈਗਾ ਕਈ ਵਾਰ ਟੋਏ ਟੱਪੇ ਹੁੰਦਾ ਆ ਵੇਖ ਦਿਖਦਾ ਤਾਂ ਕੁਝ ਪਿਆ ਨਹੀਂ ਰਾਤ ਨੂੰ ਇਹ ਹੋਟਲ ਇਹ ਹੀ ਹੈ ਗੁਰੂਮਗੋ ਹੈ ਗੁਰੂਮਗੋ ਇਹ ਗੁਰੂ ਇਹ ਗੋਬੀ ਗੁਰੂਮਗੋ ਕਹਾਂ ਪਿਆ ਗੁਰੂ ਮੈਨੂੰ ਪਤਾ ਨਹੀਂ ਉੱਪਰ ਕਹਾਂ जिथे पहाड़ उथे हिमाचल बस है कि नहीं बी एक दिक्कत हो गई दिक्कत ये हुई है जो होटल हम लोगों ने बुक करा था ना ठीक है वो ना तो फोन उठा रहे हैं अपना और दूसरे नंबर पे ना कोई रिसेप्शन पे है ना कोई गेट खोल रहा है सही बात है तो रात के कितने बजे हैं दो बज गए नहीं एक बजे होना एक बजे रात के गए बुरे हाल है देखो कैसे खड़े बस व्यू ही अच्छा लग रहा है बस व्यू ही अच्छा लग रहा है हम लोगों को अभी सही गल है नैनीताल की सड़कों पे एक होटल से और पूछा बंदे से पूछा था भाई लोग बंदे से और पूछा रूम है नहीं रूम मैं ये क्या बात हुई भाई बात करने है ना कितना रूड सी ना बंदा मैं तो बिल्कुल जमन एनसीयर का सीगा वो बंदा इतना रूड बंदा ओए होए होए खिज के ही बोलया पेंदे सारी साडे नाल लड़न लग पया की हो गया जे मैसेज कर लिया मरदा बंदा की नहीं करदा लाइट इदा चुभदी पई है गड्डियां दी लाइट पै पै के जिदा नैंसी मैनू जिदा मैनू नैंसी चुभदी उदा लाइट चुभ रही है चल चलिए भाई चलो अपना दो जिदा आप जाने ना डर जाना <फोन लाइट लगा। laughs> तो ना होने सही बात है भाई तेरी सही बात ऐदा करके नैंसी ऐ करदे आ उन्हें पता कैसे पूछना रूम अवेलेबल है बस उसने पता क्या कहना नहीं ऐसे बोलना चलो ऐसे नहीं लग गया देखी जतिन बंदे ने ऐसे जतिन थोड़ी ट्रिक पता लग गई किदा लोगों ने तो ऐ करके नाल ही ऐ कर लेंदे यस ब्रो फिर नाल ही ऐ यस ब्रो तो गाइस आपा हुन क्वालिटी वाले व्लॉग लेके आवांगे अरे ऐ करके लग गया पता लग गया ऐ तो हमारा भाई इमोशनल हो चुका है कह रहे कि इतने प्यार से कोई बोला नहीं।